ਤੁਸੀਂ ਰਮਨਦੀਪ ਕੌਰ ਜੀ ਨੂੰ ਦੇਖਿਆ ਹੋਣਾ ਜਾਂ ਤਾਂ ਇਹਨਾਂ ਦੇ ਕੈਫੇ 'ਚ ਜਾਂ ਗੱਡੀ 'ਤੇ ਸੁੱਤੇ ਹੋਏ ਕੈਫੇ ਜਾਂਦੇ ਹੋਇਆ, ਕਿਉਂਕਿ ਬੜੀ ਮਿਹਨਤ ਕਰਦੇ ਨੇ, ਨਾਲੇ ਪੜ੍ਹਾਈ ਵੀ ਵਧੀਆ ਕਰ ਰਹੇ ਨੇ। ਇਹ ਸਾਡੇ ਕੋਲ ਆਏ ਸੀਗੇ ਆਪਣਾ ਸਟੂਡੈਂਟ ਵੀਜ਼ਾ ਐਕਸਟੈਂਡ ਕਰਾਉਣ। ਸਾਡੀ ਸਟੂਡੈਂਟ ਟੀਮ ਨੇ ਇਹਨਾਂ ਦੀ ਕਾਫੀ ਹੈਲਪ ਕੀਤੀ, ਸਪੈਸ਼ਲੀ ਰਿਚਾ ਜੀ ਨੇ ਜਿਹੜੇ ਕਿ ਕੈਮਰੇ ਤੋਂ ਉਸ ਪਾਰ ਖੜੇ ਨੇ। ਮੈਡਮ ਜੀ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਅਤੇ ਕੀ ਦੱਸਣਾ ਚਾਹੋਗੇ ਜਿਹੜੇ ਸਰੋਤੇ ਦੇਖ ਰਹੇ ਨੇ? ਸਰ, ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਸਪੈਸ਼ਲੀ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਰੀਚਾ ਮੈਮ ਦਾ। ਜਦੋਂ ਮੈਂ ਅੱਜ ਤੋਂ 3 ਸਾਲ ਪਹਿਲਾਂ ਇੱਥੇ ਆਈ ਸੀ ਨਾ, ਤਾਂ ਮੈਂ ਸਿਰਫ ਮੈਡਮ ਕੋਲ ਆਈ ਸੀ। ਮੈਨੂੰ ਕੁਛ ਵੀ ਨਹੀਂ ਸੀ ਪਤਾ ਵੀ ਮੈਂ ਕਿਹੜਾ ਕੋਰਸ ਲਵਾਂ ਕੀ ਲਵਾਂ, ਅਤੇ ਮੈਨੂੰ ਕੁਛ ਵੀ ਨਹੀਂ ਸੀ ਪਤਾ। ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੈਂ ਅੱਜ ਵਧੀਆ ਸਟੱਡੀ ਵੀ ਕਰ ਰਹੀ ਹਾਂ ਕਿ ਜਿਹਦੇ ਵਿੱਚ ਬਹੁਤ ਵਧੀਆ ਸਕੋਪ ਵੀ ਹੈ, ਕਿ ਮੈਡਮ ਨੇ ਮੈਨੂੰ ਇੰਨਾ ਕੁ ਵਧੀਆ ਕੋਰਸ ਦਿੱਤਾ ਕਿ ਜਿਹਦੇ ਵਿੱਚ ਕਿ ਮੈਨੂੰ ਅੱਗੇ ਜਾ ਕੇ PR ਵੀ ਬਹੁਤ ਈਜ਼ੀਲੀ ਮਿਲ ਰਹੀ ਆ। ਅਤੇ ਸਭ ਤੋਂ ਵੱਡਾ ਥੈਂਕ ਯੂ ਤੁਹਾਡਾ ਕਿ ਤੁਸੀਂ ਹੁਣ ਮੈਨੂੰ ਐਕਸਟੈਂਸ਼ਨ ਪਾਇਆ ਸੀ ਮੈਂ ਆਪਣੇ ਵੀਜ਼ੇ ਦਾ, ਤਾਂ ਉਹ ਵੀ ਮੇਰਾ ਬਹੁਤ ਜਲਦੀ ਆ ਗਿਆ ਕਿ ਬੱਚੇ ਹਜੇ ਵੀ ਇੱਕ ਸਟਰਗਲ ਕਰ ਰਹੇ ਨੇ ਸਟੂਡੈਂਟ ਵੀਜ਼ੇ ਦੇ ਲਈ। ਸੋ ਥੈਂਕ ਯੂ ਸੋ ਮਚ। ਥੈਂਕ ਯੂ ਮੈਡਮ, ਥੈਂਕ ਯੂ ਤੁਹਾਡੇ ਭਰੋਸੇ ਲਈ। ਤੇ ਜਦੋਂ ਤੁਸੀਂ PR ਹੋ ਜਾਓਗੇ ਤੇ ਫਿਰ ਰਿਚਾ ਜੀ ਦੀ ਕਾਫੀ ਫ੍ਰੀ ਸਮਝੀ ਆਪਾਂ? ਰਿਚਾ ਜੀ ਦੀ ਕੀ, ਮੈਂ ਕਹਿੰਦੀ ਆ ਸਾਰਿਆਂ ਦੀ ਕਾਫੀ ਫ੍ਰੀ ਹੋਊਗੀ। ਇਹਨਾਂ ਨਹੀਂ, ਇਹਨਾਂ ਨਹੀਂ ਕਿਤੇ ਕੈਫੇ ਨਾ ਲਿਕੁਇਡੇਟ ਹੋ ਜਾਏ। ਨਹੀਂ ਜੀ ਨਹੀਂ ਤੇ ਜੀ, ਤੁਸੀਂ ਜਿਹੜਾ ਜਵਾਨ ਬੱਚਾ ਵਾ ਜਿਹੜਾ ਕਿ ਅੱਜ ਕੱਲ ਐਕਸਟੈਂਸ਼ਨ ਨੂੰ ਲੈ ਕੇ ਜਾਂ ਛੋਟੀ ਮੋਟੀ ਇੰਟਰਨੈਟ ਦੀ ਛੁਰਲੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਸਟ੍ਰੈਸ ਲੈ ਜਾਂਦਾ ਵਾ, ਉਹਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕੁਛ ਨਹੀਂ, ਮੇਰੀ ਇਹੀ ਗੱਲ ਹੈ ਕਿ ਆਪਣਾ ਕੀ ਆ ਜਿਹੜਾ ਪੇਪਰ ਵਰਕ ਹੈ ਉਹ ਵਧੀਆ ਰੱਖੋ, ਆਪਣਾ ਜਿਹੜਾ ਸਟੱਡੀ ਹੈਗਾ ਉਹਨੂੰ ਵਧੀਆ ਕੰਟੀਨਿਊਸਲੀ ਜਾਓ ਕਾਲਜ, ਆਪਣਾ ਅਟੈਂਡੈਂਸ ਬਹੁਤ ਮੈਟਰ ਕਰਦੀ ਹੈ। ਜੇ ਤੁਹਾਡੇ ਪੇਪਰ ਸਹੀ ਹੋਣਗੇ ਕਿਉਂ ਨਹੀਂ ਤੁਹਾਡਾ ਵੀਜ਼ਾ ਆਊਗਾ? ਮੇਰਾ ਸਾਰਾ ਕੁਛ ਵਧੀਆ ਸੀਗਾ, ਫੰਡ ਵਗੈਰਾ ਵਧੀਆ ਸ਼ੋ ਕੀਤੇ ਆ, ਮੇਰਾ ਸਟੱਡੀ ਵਧੀਆ ਚੱਲ ਰਿਹਾ ਸੀ, ਤਾਂ ਬਿਲਕੁਲ ਆਊਗਾ। ਸੋ ਉਹਦੇ ਵਿੱਚ ਘਬਰਾਉਣ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਗੀ। ਵੈਰੀ ਗੁੱਡ ਜੀ, ਅਤੇ ਪੜ੍ਹਾਈ 'ਤੇ ਧਿਆਨ ਦੇਣਾ ਵਾ ਅਤੇ ਆਪਣੀ ਜਿਹੜੀ ਹੈ ਅਟੈਂਡੈਂਸ ਉਹ ਬੜੀ ਜ਼ਰੂਰੀ ਹੈ। ਇਮੀਗ੍ਰੇਸ਼ਨ ਸਿੰਪਲ ਬਹੁਤ ਜ਼ਿਆਦਾ ਵਾ ਬਟ ਕਠੋਰ ਵੀ ਬਹੁਤ ਜ਼ਿਆਦਾ ਵਾ ਜੇ ਤੁਸੀਂ ਉਹਨਾਂ ਦੇ ਨਾਲ ਗੇਮ ਪਾੜਨ ਨੂੰ ਫਿਰਦੇ ਹੋ। ਜੇ ਸਾਡੀ ਲੋੜ ਹੈ, ਆਮ ਅਵੇਲੇਬਲ ਇਨ ਬਾਜਵਾ ਇਮੀਗ੍ਰੇਸ਼ਨ ਸਿਡਨੀ। ਥੈਂਕ ਯੂ।